ਮੰਮੀ ਮੰਮੀ ਤੁਹਾਡੇ ਮੁੰਡੇ ਦਾ ਰਿਜ਼ਲਟ ਆਇਆ। ਅਲਿਆ ਦਿਖਾ ਮੇਰਾ ਪੁੱਤ। ਏ ਗ੍ਰੇਡ ਲੈ ਕੇ ਆਇਆ ਮੈਂ। ਵਾਹ ਸ਼ਾਬਾਸ਼ ਮੁੰਡਾ ਏ ਗ੍ਰੇਡ ਲੈ ਕੇ ਆਇਆ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੇਰਾ ਪੁੱਤ ਇੰਨਾ ਸਾਊਗਾ। ਚੱਲ ਪੁੱਤ ਆਪਾਂ ਬਾਅਦ ਗੱਲ ਕਰਦੇ, ਠੀਕ ਹੈ? ਮੈਂ ਮਾੜੇ ਜਿਹਾ ਫੋਨ ਕਰ ਲਾਂ ਕਿਸੇ ਨੂੰ। ਫੋਨ ਕਹਿੰਦਾ ਆ ਗਿਆ ਤੜਕੇ ਤੜਕੇ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਨੇ? ਹਾਂਜੀ ਹਾਂਜੀ ਬਸ ਬਸ ਵਧੀਆ ਵਧੀਆ, ਤੁਸੀਂ ਕਿੱਦਾਂ? ਹਾਂਜੀ ਮੈਂ ਵੀ ਵਧੀਆ। ਹਾਂਜੀ ਮੇਰੇ ਮੁੰਡੇ ਦਾ ਅੱਜ ਰਿਜ਼ਲਟ ਆਇਆ, ਏ ਗ੍ਰੇਡ ਲੈ ਕੇ ਆਇਆ ਵਾ। ਅੱਛਾ, ਬਹੁਤ ਵਧੀਆ ਗੱਲ ਆ। ਥੈਂਕ ਯੂ ਥੈਂਕ ਯੂ। ਹਾਂਜੀ ਮੇਰੇ ਮੁੰਡੇ ਦੇ ਅੱਜ ਰਿਜ਼ਲਟ ਆਇਆ, ਮੇਰਾ ਮੁੰਡਾ ਏ ਪਲੱਸ ਲੈ ਕੇ ਆਇਆ। ਏ ਪਲੱਸ ਲੈ ਕੇ ਆਇਆ ਤੁਹਾਡਾ ਮੁੰਡਾ? ਮਤਲਬ ਮੇਰੇ ਮੁੰਡੇ ਤੋਂ ਜ਼ਿਆਦਾ ਨੰਬਰ? ਹਾਂਜੀ ਹਾਂਜੀ ਭੈਣ ਜੀ, ਚੱਲ ਠੀਕ ਆ, ਆਪਾਂ ਬਾਅਦ ਚ ਗੱਲ ਕਰਦੇ। ਰਜਨ ਓਏ, ਹਾਂਜੀ ਅਮਾ, ਮੈਂ ਤੈਨੂੰ ਹਜ਼ਾਰ ਵਾਰੀ ਕਿਹਾ ਵਾ, 24 ਘੰਟੇ ਟਿਕ ਟਿਕ ਕਰਦਾ ਰਹਿੰਦਾ। ਤੈਨੂੰ ਪਤਾ 75 ਦਾ ਮੁੰਡਾ ਏ ਪਲੱਸ ਲੈ ਕੇ ਆਇਆ ਵਾ? ਮੈਨੂੰ ਤਾਂ ਪਹਿਲਾਂ ਹੀ ਪਤਾ ਸੀ 24 ਘੰਟੇ ਟਿਕ 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 ਟਿਕ, ਤੈਨੂੰ ਹੋਰ ਕੋਈ ਕੰਮ ਨਹੀਂ ਆ। ਅੱਜ ਤੋਂ ਬਾਅਦ ਤੇਰਾ ਸਾਰਾ ਕੁਝ ਬੰਦ, ਤੇਰੀ ਪਲੇਅ ਸਟੇਸ਼ਨ, ਟੀ ਵੀ ਦੇਖਣਾ, ਫੋਨ ਵਰਤਣਾ, ਬਾਹਰ ਜਾਣਾ, ਤੇਰਾ ਖਾਣਾ ਪੀਣਾ ਸਾਰਾ ਕੁਝ ਬੰਦ ਕਰ ਦੇਣਾ। ਮੰਮੀ ਪਰ ਮੇਰੇ ਮੂਹਰੇ ਬੋਲਦਾ, ਤੂੰ ਸਾਨੂੰ ਜੰਮਿਆ ਸੀ, ਤੈਨੂੰ ਜੰਮਿਆ। ਠੀਕ,